ਮਹਾਰਾਸ਼ਟਰ ਦੇ ਨਾਂਦੇੜ ਦੇ ਵਿੱਚ ਇਨਕਮ ਟੈਕਸ ਨੂੰ ਰੇਡ ਦੇ ਦੌਰਾਨ ਮਿਲੀ 170 ਕਰੋੜ ਦੀ ਬੇਹਿਸਾਬ ਜਾਇਦਾਦ, 14 ਕਰੋੜ ਕੈਸ਼ ਅਤੇ 8 ਕਿਲੋ ਸੋਨਾ ਜ਼ਬਤ। ਨੋਟ ਗਿਣ ਦੇ ਵਿੱਚ ਅਧਿਕਾਰੀਆਂ ਨੂੰ ਲੱਗੇ 14 ਘੰਟੇ। ਪੜਤਾਲ ਦੇ ਦੌਰਾਨ ਸਹੀ ਪਾਇਆ ਗਿਆ ਅੰਮ੍ਰਿਤਪਾਲ ਸਿੰਘ ਦਾ ਨਾਮਜ਼ਦਗੀ ਪੱਤਰ। ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਨੇ ਅੰਮ੍ਰਿਤਪਾਲ, ਹੁਣ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ ਵਾਪਸ ਲੈ ਸਕਦੇ ਨੇ ਨਾਮਜ਼ਦਗੀ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੰਮ੍ਰਿਤਪਾਲ ਤੇ ਤਿੱਖਾ ਨਿਸ਼ਾਨਾ। ਬੁੱਲੇ ਬੰਦੀ ਸਿੰਘ ਨਹੀਂ, ਆਪਣੀ ਰਿਹਾਈ ਵਾਸਤੇ ਚੋਣ ਲੜ ਰਹੇ ਨੇ ਅੰਮ੍ਰਿਤਪਾਲ, ਵੋਟਰ ਯਾਦ ਰੱਖਣ ਉਹਨਾਂ ਦਾ ਪਿਛੋਕੜ। ਪੰਜਾਬ ਬੀਜੇਪੀ ਪ੍ਰਧਾਨ ਨੇ ਵਿਰੋਧੀਆਂ ਤੇ ਲਗਾਇਆ ਕਿਸਾਨਾਂ ਦੇ ਸਿਆਸੀ ਇਸਤੇਮਾਲ ਦਾ ਇਲਜ਼ਾਮ, ਕਿਹਾ ਵਿਰੋਧੀਆਂ ਨੇ ਕਿਸਾਨਾਂ ਨੂੰ ਬਣਾਇਆ ਮੋਹਰਾ। ਪੰਜਾਬ ਸਰਕਾਰ ਕਿਉਂ ਨਹੀਂ ਦੇ ਰਹੀ ਕਣਕ ਤੇ ਬੋਨਸ। ਲੋਕ ਸਭਾ ਚੋਣਾਂ ਦੇ ਵਿਚਾਲੇ ਚੰਡੀਗੜ੍ਹ 'ਚ ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸ ਆਗੂ ਸੁਭਾਸ਼ ਚਾਵਲਾ ਬੀਜੇਪੀ 'ਚ ਹੋਏ ਸ਼ਾਮਲ, ਕੱਲ੍ਹ ਤੱਕ ਮਨੀਸ਼ ਤਿਵਾੜੀ ਦੇ ਨਾਲ ਕਰ ਰਹੇ ਸਨ ਚੋਣ ਪ੍ਰਚਾਰ। ਰਵਨੀਤ ਬਿੱਟੂ ਦੀ ਸਰਕਾਰੀ ਕੋਠੀ ਮਾਮਲੇ 'ਚ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦਾ ਵੱਡਾ ਬਿਆਨ, ਬੋਲੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਸੀ ਬਿੱਟੂ, ਕੋਠੀ ਅਲਾਟਮੈਂਟ ਦਾ ਨਹੀਂ ਮਿਲਿਆ ਕੋਈ ਵੀ ਰਿਕਾਰਡ। ਫੌਜ 'ਤੇ ਚਰਨਜੀਤ ਚੰਨੀ ਦੀ ਟਿੱਪਣੀ ਮਾਮਲੇ 'ਚ ਚੋਣ ਕਮਿਸ਼ਨ ਸਖ਼ਤ। ਚੋਣ ਕਮਿਸ਼ਨ ਨੂੰ ਭੇਜੀ ਗਈ ਜਲੰਧਰ ਦੇ DC ਦੀ ਰਿਪੋਰਟ, ਚੰਨੀ ਦੀ ਸਟੰਟਬਾਜ਼ੀ ਵਾਲੀ ਟਿੱਪਣੀ ਨੂੰ ਦੱਸਿਆ ਚੋਣ ਜ਼ਾਬਤੇ ਦੀ ਉਲੰਘਣਾ। ਕੱਲ੍ਹ ਪੰਜਾਬ 'ਚ ਚੋਣ ਪ੍ਰਚਾਰ ਦਾ ਆਗਾਜ਼ ਕਰਨਗੇ ਅਰਵਿੰਦ ਕੇਜਰੀਵਾਲ, ਅੰਮ੍ਰਿਤਸਰ ਦੇ ਵਿੱਚ ਸੀਐਮ ਮਾਨ ਦੇ ਨਾਲ ਕਰਨਗੇ ਰੋਡ ਸ਼ੋਅ, ਦਰਬਾਰ ਸਾਹਿਬ ਵੀ ਹੋਣਗੇ ਨਤਮਸਤਕ। ਗਿੱਦੜਵਾਹਾ 'ਚ ਪਤੀ ਨੇ ਕੀਤਾ ਪਤਨੀ ਦਾ ਕਤਲ, ਵਾਰਦਾਤ ਤੋਂ ਬਾਅਦ ਫਰਾਰ ਹੋਇਆ ਮੁਲਜ਼ਮ, ਪਤਨੀ ਦੇ ਕਿਰਦਾਰ 'ਤੇ ਸ਼ੱਕ ਕਰਦਾ ਸੀ ਪਤੀ। PGI ਚੰਡੀਗੜ੍ਹ ਤੋਂ ਬਾਅਦ ਹੁਣ ਬਠਿੰਡਾ ਏਮਜ਼ ਦੇ ਵਿੱਚ ਵੀ ਹੋਵੇਗਾ ਕਿਡਨੀ ਟਰਾਂਸਪਲਾਂਟ, ਆਯੁਸ਼ਮਾਨ ਸਕੀਮ ਦੇ ਤਹਿਤ ਫ੍ਰੀ ਦੇ ਵਿੱਚ ਹੋਵੇਗਾ ਟਰਾਂਸਪਲਾਂਟ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਆਉਂਦਾ ਹੈ 10 ਤੋਂ 15 ਲੱਖ ਦਾ ਖਰਚ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ, ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੇ ਖਬਰ ਤੋਂ। ਬੀਬੀ ਜ਼ਗੀਰ ਕੌਰ ਦੇ ਮਾਮਲੇ 'ਤੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ, ਉਹਨਾਂ ਦਾ ਕਹਿਣਾ ਕਿ ਮੇਰੇ ਖਿਲਾਫ਼ ਸ਼ਿਕਾਇਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕੀਤਾ ਗਿਆ, ਵੀਡੀਓ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ, ਵਿਮਨ ਕਮਿਸ਼ਨ ਇਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕਰੇ। ਤੋ ਸਾਬਕਾ CM ਤੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਚੰਨੀ ਦੇ ਵੱਲੋਂ ਬੀਬੀ ਜ਼ਗੀਰ ਕੌਰ ਦੇ ਮਾਮਲੇ 'ਤੇ ਮੁੜ ਤੋਂ ਬਿਆਨ ਦਿੱਤਾ ਗਿਆ, ਉਹਨਾਂ ਦਾ ਕਹਿਣਾ ਕਿ ਮੇਰੇ ਖਿਲਾਫ਼ ਸ਼ਿਕਾਇਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕੀਤਾ, ਵੀਡੀਓ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ, ਵਿਮੈਨ ਕਮਿਸ਼ਨ ਇਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕਰੇ। ਦਰਅਸਲ ਇਹ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਪਿਛਲੇ ਦਿਨਾਂ ਦੀਆਂ ਜਲੰਧਰ ਦੀਆਂ ਤਸਵੀਰਾਂ ਨੇ, ਜਦੋਂ ਕਿ ਸਾਬਕਾ CM ਚਰਨਜੀਤ ਚੰਨੀ ਦੀ ਬੀਬੀ ਜ਼ਗੀਰ ਕੌਰ ਦੇ ਨਾਲ ਮੁਲਾਕਾਤ ਹੁੰਦੀ ਹੈ, ਇਸੇ ਦੌਰਾਨ ਉਹਨਾਂ ਦੇ ਵੱਲੋਂ ਜੋ ਮੁਲਾਕਾਤ ਕੀਤੀ ਜਾਂਦੀ ਹੈ, ਤਾਂ ਇਸ ਵੀਡੀਓ ਨੂੰ ਆਧਾਰ ਬਣਾਉਂਦੇ ਹੋਏ ਵਿਰੋਧੀਆਂ ਦੇ ਵੱਲੋਂ ਹਮਲਾ ਬੋਲਿਆ ਜਾਂਦਾ। ਪਿਛਲੇ ਦਿਨੀ ਮਹਿਲਾ ਕਮਿਸ਼ਨ ਦੇ ਵੱਲੋਂ ਇਸਦਾ ਸਖ਼ਤ ਨੋਟਿਸ ਲਿਆ ਗਿਆ, DGP ਨੂੰ ਕਾਰਵਾਈ ਕਰਨ ਦੇ ਲਈ ਕਿਹਾ ਗਿਆ, ਹਾਲਾਂਕਿ ਉਸ ਤੋਂ ਬਾਅਦ ਬੀਬੀ ਜ਼ਗੀਰ ਕੌਰ ਦਾ ਵੀ ਬਿਆਨ ਸਾਹਮਣੇ ਆਉਂਦਾ। ਬੀਬੀ ਜ਼ਗੀਰ ਕੌਰ ਨੇ ਵੀ ਕਿਹਾ ਕਿ ਇਸ ਵੀਡੀਓ ਦੇ ਗਲਤ ਮਾਇਨੇ ਕੱਢੇ ਗਏ, ਤੋੜ ਮਰੋੜ ਕੇ ਇਸ ਵੀਡੀਓ ਨੂੰ ਪੇਸ਼ ਕੀਤਾ ਗਿਆ, ਅਤੇ ਹੁਣ ਚਰਨਜੀਤ ਚੰਨੀ ਦਾ ਵੀ ਬਿਆਨ ਸਾਹਮਣੇ ਆਇਆ, ਉਹਨਾਂ ਦਾ ਕਹਿਣਾ ਕਿ ਮੇਰੇ ਖਿਲਾਫ਼ ਸ਼ਿਕਾਇਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕੀਤਾ ਗਿਆ, ਵੀਡੀਓ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ, ਵਿਮੈਨ ਕਮਿਸ਼ਨ ਇਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕਰੇ। ਬੀਬੀ ਜ਼ਗੀਰ ਕੌਰ ਤੋਂ ਲੈ ਕੇ ਆਪਕੀ ਜੋ ਵੀਡੀਓ ਵਾਇਰਲ ਹੋਈ ਸੀ, ਉਸ ਤੋਂ ਬਾਅਦ ਜੋ ਵਿਧਾਇਕ ਹੈ ਕਾਂਗਰਸ ਦੇ ਵਿਕਰਮ ਚੌਧਰੀ, ਉਹਨਾਂ ਨੇ ਭਗਵੰਤ ਮਾਨ ਕੋਲ ਲੈਟਰ ਲਿਖਿਆ ਥਾ ਕਿ ਆਪ ਪਰ ਐਸੀ ਵੀਡੀਓ ਪੱਤੀ ਜਾਣੀ ਕਿ ਉਸ 'ਤੇ ਕਾਰਵਾਈ ਹੋਣੀ ਚਾਹੀਏ,
जिसके बाद महिला कमीशन ने आपके खिलाफ शिकायत बीजेपी को दी थी। अब बीजेपी ने बेशक आपके हक में जो बयान दिया है चाहे उन्होंने सोशल मीडिया के जरिए, लेकिन इसे लेके कैसे देखते हैं? देखो इन्हें लोगों को शर्म आनी चाहिए है। जेडे एक पवित्र भैन भाई और एक धार्मिक आगू के नाल किस तरह का साडा रिश्ता होंगे, मैं उन्होंने झुक के पैरी हाथ उन्होंने हाथों अपने मत्थे लगाया तो इन्होंने करोड़ मरोड़ के वीडियो गलत तरीके पेश किया। इन्होंने कार्रवाई होनी चाहिए। जे वूमेन कमीशन थोड़ी बहुती भी शर्म लिहाज हैगी है तो जो एक औरत बारे इन्होंने गलत प्रचार करने की कोशिश की है उन्होंने कार्रवाई करावे ਜਿਹੜੇ ਲੋਕਾਂ ਨੇ ਗਲਤ ਤੋੜ ਮਰੋੜ ਕੇ ਇਸ ਵੀਡੀਓ ਨੂੰ ਪੇਸ਼ ਕੀਤਾ। ਬੀਬੀ ਜਗੀਰ ਕੌਰ ਤੋਂ ਲੈ ਕੇ ਆਪਕੀ ਜੋ ਵੀਡੀਓ ਵਾਇਰਲ ਹੋਈ। ਤੋ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਮਾਮਲੇ ਤੇ ਮੁੜ ਤੋਂ ਬਿਆਨ ਦਿੱਤਾ ਗਿਆ। ਚਰਨਜੀਤ ਚੰਨੀ ਦਾ ਇਹ ਵੱਲੋਂ ਕਿਹਾ ਗਿਆ ਕਿ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮੇਰੇ ਖਿਲਾਫ ਸ਼ਿਕਾਇਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕੀਤਾ ਗਿਆ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਦੇ ਵੱਲੋਂ ਜਿਹੜੀ ਆਪਣਾ ਬਿਆਨ ਦਿੱਤਾ ਗਿਆ ਸੀਗਾ ਇਸ ਵੀਡੀਓ ਨੂੰ ਲੈ ਕੇ, ਉਹਨਾਂ ਨੇ ਵੀ ਕਿਹਾ ਸੀਗਾ ਕਿ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਕੁਝ ਕੁ ਜਿਹੜੀ ਵੀਡੀਓ ਦੀ ਕਟਿੰਗ ਹੈ ਉਸ ਨੂੰ ਵਾਇਰਲ ਕੀਤਾ ਗਿਆ, ਉਹਨਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਨਾਲੇ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਤੋੜ ਮਰੋੜ ਕੇ ਇਸ ਵੀਡੀਓ ਨੂੰ ਪੇਸ਼ ਕਰਦੇ ਹੋਏ ਤਾਂ ਉਸਦੇ ਗਲਤ ਮਾਇਨੇ ਕੱਢੇ ਗਏ। ਬੀਬੀ ਜਗੀਰ ਕੌਰ ਦੇ ਵੱਲੋਂ ਵੀ ਇਸ 'ਤੇ ਆਪਣਾ ਬਿਆਨ ਦਿੱਤਾ ਗਿਆ ਅਤੇ ਉਸ ਤੋਂ ਬਾਅਦ 'ਚ ਹੁਣ ਸਾਬਕਾ ਸੀ ਐਮ ਚਰਨਜੀਤ ਚੰਨੀ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਖਿਲਾਫ ਸ਼ਿਕਾਇਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕੀਤਾ ਗਿਆ, ਵੀਡੀਓ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਉੱਥੇ ਉਹਨਾਂ ਨੇ ਵੀਮੈਨ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਵੀਮੈਨ ਕਮਿਸ਼ਨ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ। ਫੌਜ ਤੇ ਚਰਨਜੀਤ ਚੰਨੀ ਦੀ ਟਿੱਪਣੀ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਸਖ਼ਤ ਨਜ਼ਰ ਆ ਰਿਹਾ ਹੈ। ਚੋਣ ਕਮਿਸ਼ਨ ਨੂੰ ਜਲੰਧਰ ਦੇ ਡੀਸੀ ਦੀ ਰਿਪੋਰਟ ਭੇਜੀ ਗਈ ਹੈ। ਪੰਜਾਬ ਦੇ ਚੋਣ ਕਮਿਸ਼ਨਰ ਨੇ ਦਰਅਸਲ ਇਹ ਰਿਪੋਰਟ ਭੇਜੀ ਹੈ। ਰਿਪੋਰਟ ਦੇ ਵਿੱਚ ਬਿਆਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਗਿਆ। ਚੰਨੀ ਨੇ ਪੁੰਛ ਦੇ ਵਿੱਚ ਏਅਰਫੋਰਸ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਦਰਅਸਲ ਸਟੰਟਬਾਜ਼ੀ ਦੱਸਿਆ ਸੀ। ਨੋਟਿਸ 'ਤੇ ਸਾਬਕਾ ਸੀ ਐਮ ਚੰਨੀ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਵੇਂ ਦਾ ਨੋਟਿਸ ਆਇਆ ਉਵੇਂ ਦਾ ਹੀ ਜਵਾਬ ਦਿੱਤਾ ਜਾਵੇਗਾ। ਸੋ ਇਸ 'ਤੇ ਹੁਣ ਸਾਬਕਾ ਸੀ ਐਮ ਚਰਨਜੀਤ ਚੰਨੀ ਦੇ ਵੱਲੋਂ ਮੁੜ ਤੋਂ ਜਿਹੜਾ ਕਿ ਬਿਆਨ ਦਿੱਤਾ ਗਿਆ, ਸਫਾਈ ਦਿੱਤੀ ਗਈ ਹੈ। ਦਰਅਸਲ ਫੌਜ 'ਤੇ ਚਰਨਜੀਤ ਚੰਨੀ ਦੀ ਟਿੱਪਣੀ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਜੋ ਕਿ ਸਖ਼ਤ ਨਜ਼ਰ ਆ ਰਿਹਾ, ਚੋਣ ਕਮਿਸ਼ਨ ਨੂੰ ਜਲੰਧਰ ਦੇ ਡੀਸੀ ਦੀ ਰਿਪੋਰਟ ਭੇਜੀ ਗਈ ਹੈ। ਪੰਜਾਬ ਦੇ ਚੋਣ ਕਮਿਸ਼ਨਰ ਨੇ ਦਰਅਸਲ ਰਿਪੋਰਟ ਭੇਜੀ ਹੈ ਤਾਂ ਜਿਸ 'ਤੇ ਚਰਨਜੀਤ ਚੰਨੀ ਦੇ ਵੱਲੋਂ ਕਿਹਾ ਗਿਆ ਕਿ ਜਿਹੋ ਜਿਹਾ ਨੋਟਿਸ ਆਵੇਗਾ ਉਹੋ ਜਿਹਾ ਜਵਾਬ ਦਿੱਤਾ ਜਾਵੇਗਾ। ਦਰਅਸਲ ਪਿਛਲੇ ਦਿਨ ਸਾਬਕਾ ਸੀ ਐਮ ਚਰਨਜੀਤ ਚੰਨੀ ਦੇ ਵੱਲੋਂ ਪੁੰਛ ਅੱਤਵਾਦੀ ਹਮਲੇ 'ਤੇ ਵੱਡਾ ਬਿਆਨ ਦਿੱਤਾ ਜਾਂਦਾ ਹੈ, ਇਸ ਹਮਲੇ ਨੂੰ ਸਿਆਸੀ ਸਟੰਟਬਾਜ਼ੀ ਕਰਾਰ ਦਿੱਤਾ ਜਾਂਦਾ। ਉਸ ਤੋਂ ਬਾਅਦ 'ਚ ਸਿਆਸਤ ਵੀ ਖੂਬ ਭਗਦੀ ਹੈ। ਬੀਜੇਪੀ ਦੇ ਵੱਲੋਂ ਹੋਰਨਾਂ ਧਿਰਾਂ ਦੇ ਵੱਲੋਂ ਚਰਨਜੀਤ ਚੰਨੀ ਨੂੰ ਨਿਸ਼ਾਨੇ 'ਤੇ ਲਿਆ ਜਾਂਦਾ ਅਤੇ ਉਸ ਤੋਂ ਬਾਅਦ 'ਚ ਹੁਣ ਚੋਣ ਕਮਿਸ਼ਨ ਵੀ ਇਸ 'ਤੇ ਸਖ਼ਤ ਨਜ਼ਰ ਆ ਰਿਹਾ ਹੈ। ਚੋਣ ਕਮਿਸ਼ਨ ਨੂੰ ਜਲੰਧਰ ਦੇ ਡੀਸੀ ਦੀ ਰਿਪੋਰਟ ਭੇਜ ਦਿੱਤੀ ਗਈ ਹੈ। ਪੰਜਾਬ ਦੇ ਚੋਣ ਕਮਿਸ਼ਨਰ ਨੂੰ ਇਹ ਰਿਪੋਰਟ ਭੇਜੀ ਗਈ ਹੈ ਅਤੇ ਰਿਪੋਰਟ ਦੇ ਵਿੱਚ ਬਿਆਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਗਿਆ, ਜਿਸ 'ਤੇ ਕਿ ਹੁਣ ਸਾਬਕਾ ਸੀ ਐਮ ਚੰਨੀ ਦਾ ਬਿਆਨ ਵੀ ਆਇਆ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਨੋਟਿਸ ਆਏਗਾ ਉਸੇ ਤਰ੍ਹਾਂ ਦਾ ਜਵਾਬ ਦਿੱਤਾ ਜਾਵੇਗਾ। ਕਾਂਗਰਸ ਦੇ ਕੈਂਡੀਡੇਟ ਨੇ ਕਿ ਉਹਨਾਂ ਨੇ ਜਿਹੜੇ ਪੁੰਛ ਵਿੱਚ ਹਮਲਾ ਹੋਇਆ ਰਿਮਾਰਕਸ ਜਿਹੜੇ ਸੀਗੇ ਉਹ ਰਿਪੋਰਟ ਮੰਗੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ, ਉਹਦਾ ਕੀ ਸਟੇਟਸ ਹੈ? ਉਹਦੀ ਕੰਪਲੇਂਟ ਕਮਿਸ਼ਨ ਦੀ ਇਲੈਕਸ਼ਨ ਕਮਿਸ਼ਨ ਤੋਂ ਹੀ ਮੈਨੂੰ ਆਈ ਸੀ ਕਿ ਬੀਜੇਪੀ ਦਾ ਜੋ ਨੈਸ਼ਨਲ ਯੂਨਿਟ ਹੈ ਉਹਦੇ ਵਿੱਚ ਇਹ ਕੰਪਲੇਂਟ ਆਈ ਸੀ ਅਤੇ ਉਹਦੀ ਰਿਪੋਰਟ ਡੀ ਸੀ ਜਲੰਧਰ
ਕੰਮ ਰਿਟਰਨਿੰਗ ਆਫਿਸਰ ਜਲੰਧਰ ਤੋਂ ਲਿਆ ਸੀ, ਉਹਨਾਂ ਨੇ ਰਿਪੋਰਟ ਭੇਜੀ ਸੀ, ਉਹਦੇ ਵਿੱਚ ਬੇਸਿਕ ਵਾਇਲੇਸ਼ਨ ਇਹ ਸੀ ਕਿ ਉਹਨਾਂ ਨੇ ਕੁਛ ਐਲੀਗੇਸ਼ਨ ਲਗਾਏ ਵਿਦਆਊਟ ਵੈਰੀਫਾਈਂਗ ਫੈਕਟ ਸੀ, ਅਤੇ ਉਹਦੀ ਰਿਪੋਰਟ ਕਮਿਸ਼ਨ ਨੂੰ ਭੇਜ ਚੁੱਕੀ ਹੈ, ਅਤੇ ਅੱਗੇ ਜੋ ਡਿਸੀਜਨ ਹੈ ਉਹ ਕਮਿਸ਼ਨ ਨੇ ਕਰਨੇ। ਕਿੰਨੇ ਦਿਨਾਂ 'ਚ ਆ ਜਾਂਦਾ ਡਿਸੀਜਨ? ਐਕਸੈਕਟ ਨੰਬਰ ਆਫ ਡੇਜ਼ ਤੋਂ ਮੈਂ ਦੱਸ ਨਹੀਂ ਸਕਦਾ, ਕਿਉਂਕਿ ਇਟ ਇਜ਼ ਦੀ ਪ੍ਰੈਰੋਗੇਟਿਵ ਆਫ ਦੀ ਓਨਰੇਬਲ ਕਮਿਸ਼ਨ, ਤੋ ਵਟ ਐਵਰ ਕਮਿਸ਼ਨ ਡਿਸਾਈਡਸ ਵੀ ਆਰ ਬਾਉਂਡ ਟੂ ਫੋਲੋ। ਉਹਦਾ ਮੈਂ ਜਵਾਬ ਦੇ ਦੂੰਗਾ, ਮੇਰੀ ਗੱਲ ਸੁਣੋ, ਨੋਟਿਸ ਆਏਗਾ ਤਾਂ ਮੈਂ ਜਵਾਬ ਦੇ ਦੂੰਗਾ, ਜਿਹੋ ਜਿਹਾ ਨੋਟਿਸ ਆਏਗਾ ਜਵਾਬ ਦੇ ਦਾਂਗੇ। ਹੋਰ ਦੱਸੋ, ਉਹਦਾ ਮੈਂ ਜਵਾਬ ਦੇ ਦੂੰਗਾ, ਮੇਰੀ ਗੱਲ ਸੁਣੋ, ਨੋਟਿਸ ਆਏਗਾ ਤਾਂ ਮੈਂ ਜਵਾਬ ਦੇ ਦੂੰਗਾ, ਜਿਹੋ ਜਿਹਾ ਨੋਟਿਸ ਆਏਗਾ ਜਵਾਬ ਦੇ ਦਾਂਗੇ। ਹੋਰ ਦੱਸੋ, ਉਹਦਾ ਮੈਂ ਜਵਾਬ ਦੇ ਦੂੰਗਾ, ਮੇਰੀ ਗੱਲ ਸੁਣੋ, ਨੋਟਿਸ ਆਏਗਾ ਤਾਂ ਮੈਂ ਜਵਾਬ ਦੇ ਦੂੰਗਾ, ਜਿਹੋ ਜਿਹਾ ਨੋਟਿਸ ਆਏਗਾ ਜਵਾਬ ਦੇ ਦਾਂਗੇ। ਹੋਰ ਦੱਸੋ। ਹੁਣ ਤੁਹਾਨੂੰ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਦਰਅਸਲ ਪੂਰਾ ਬਿਆਨ ਸੁਣਾਉਂਦੇ ਆ, ਜਦੋਂ ਉਹਨਾਂ ਦੇ ਵੱਲੋਂ ਪੁੰਛ ਅੱਤਵਾਦੀ ਹਮਲੇ ਨੂੰ ਸਟੰਟ ਕਰਾਰ ਦਿੱਤਾ ਜਾਂਦਾ। ਹਾਲਾਂਕਿ ਉਸ ਤੋਂ ਬਾਅਦ 'ਚ ਚਰਨਜੀਤ ਚੰਨੀ ਦੇ ਵੱਲੋਂ ਉਸ ਬਿਆਨ ਨੂੰ ਲੈ ਕੇ ਸਫਾਈ ਵੀ ਦਿੱਤੀ ਜਾਂਦੀ ਹੈ। ਤੁਹਾਨੂੰ ਉਹ ਦੋਵੇਂ ਬਿਆਨ ਸੁਣਾਉਂਦੇ ਆ। ਕਿ ਇਹ ਸਟੰਟਬਾਜ਼ੀ ਹੋ ਰਹੀ ਹੈ, ਹਮਲੇ ਨਹੀਂ ਹੋ ਰਹੇ। ਪਿਛਲੀ ਵਾਰ ਵੀ ਜਬ ਇਲੈਕਸ਼ਨ ਆਤੇ ਹੈ ਤੋ ਐਸੇ ਸਟੰਟ ਖੇਲੇ ਜਾਤੇ ਹੈ ਔਰ ਬੀਜੇਪੀ ਕੋ ਜਿਤਾਨੇ ਕਾ ਸੰਵਿਧਾਨ ਤਿਆਰ ਕੀਆ ਜਾਤਾ ਹੈ। ਯੇ ਤਿਆਰ ਕੀਏ ਹੋਏ ਸਾਰੇ ਪਹਿਲੇ ਸੇ ਤਿਆਰ ਕਰਕੇ ਹਮਲੇ ਕਰਵਾਏ ਜਾਤੇ ਹੈ, ਯੇ ਬੀਜੇਪੀ ਕੋ ਜਿਤਾਨੇ ਕਾ ਇੱਕ ਸਟੰਟ ਹੋਤਾ ਹੈ, ਇਸਮੇ ਸੱਚਾਈ ਨਹੀਂ ਹੋਤੀ। ਲੋਕ ਮਰਵਾਣੇ ਔਰ ਲੋਗੋਂ ਕੇ ਲਾਸ਼ੋਂ ਪੇ ਖੇਲਣਾ, ਯੇ ਬੀਜੇਪੀ ਕੋ ਆਤਾ ਹੈ। ਮੈਨੇ ਏਕ ਬਿਆਨ ਯੇ ਦੀਆ ਹੈ ਕਿ ਪਿਛਲੇ ਇਲੈਕਸ਼ਨ ਮੇਂ ਜਬ ਪਾਰਲੀਮੈਂਟ ਕੇ ਇਲੈਕਸ਼ਨ ਤੇ ਹਮਾਰੇ 40 ਜਵਾਨ ਸ਼ਹੀਦ ਹੋ ਗਏ ਔਰ ਉਨਪੇ ਅਟੈਕ ਹੁਆ। ਆਜ ਤੱਕ ਸਰਕਾਰ ਨੇ ਯੇ ਪਤਾ ਨਹੀਂ ਕੀਆ ਕਿ ਵੋ ਅਟੈਕ ਕਿਸਨੇ ਕੀਆ, ਕੌਣ ਲੋਕ ਉਸਕੇ ਜ਼ਿੰਮੇਵਾਰ ਹੈ। ਅਬ ਫਿਰ ਇਲੈਕਸ਼ਨ ਆਇਆ ਹੈ, ਫਿਰ ਹਮਾਰੇ ਜਵਾਨੋਂ ਪੇ ਅਟੈਕ ਹੁਆ, ਫਿਰ ਜਵਾਨ ਸ਼ਹੀਦ ਹੁਆ। ਮੈਂ ਯੇ ਪੁੱਛਣਾ ਚਾਹਤਾ ਹੂੰ ਸਰਕਾਰ ਸੇ ਕਿ ਯੇ ਕੌਣ ਲੋਕ ਹੈ ਜੋ ਐਸੇ ਅਟੈਕ ਕਰਵਾਤੇ, ਆਪ ਉਨਕੋ ਸਾਹਮਣੇ ਕਿਉਂ ਨਹੀਂ ਲੈ ਕਰ ਆਤੇ, ਕਿਉਂ ਇੰਟੈਲੀਜੈਂਸ ਫੇਲੀਅਰ ਹੋਤੀ ਹੈ। ਆਪ ਮੈਂ ਯੇ ਕਹਿ ਰਹਾ ਹੂੰ ਬੀਜੇਪੀ ਸੇ ਕਿ ਤੂੰ ਇਧਰ ਉਧਰ ਕੀ ਬਾਤ ਮਤ ਕਰ, ਬਤਾ ਕੇ ਕਾਫਲਾ ਲੁਟਾ ਕਿਉਂ, ਮੁਝੇ ਰਾਹ ਜਨਮ ਸੇ ਗਰਜ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ। ਚਾਰ ਗੇਟ ਦੀ ਵੋਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਖੜਗੇ ਦਾ ਵੱਡਾ ਦਾਅਵਾ, ਬੋਲੇ 4 ਜੂਨ ਨੂੰ ਇੰਡੀਆ ਗਠਜੋੜ ਦੀ ਸਰਕਾਰ ਤੈਅ, ਜਨਤਾ ਨੇ ਪੀਐਮ ਮੋਦੀ ਦੀ ਵਿਦਾਈ ਦੇ ਲਈ ਕੀਤਾ ਵੋਟ। ਪੀਐਮ ਦੇ ਮੁਸਲਮਾਨਾਂ ਵਾਲੇ ਬਿਆਨ ਤੇ ਖੜਗੇ ਦਾ ਪਲਟਵਾਰ, ਬੋਲੇ ਮਟਨ ਮੱਛੀ ਤੇ ਮੰਗਲ ਸੂਤਰ ਦੀ ਗੱਲ ਨਾ ਕਰਕੇ ਆਪਣੀਆਂ 10 ਸਾਲ ਦੀਆਂ ਉਪਲਬਧੀਆਂ ਤੇ ਗੱਲ ਕਰਨ ਪੀਐਮ। ਬੰਗਾਲ ਦੇ ਹੁਗਲੀ ਦੇ ਵਿੱਚ ਰੈਲੀ ਦੌਰਾਨ ਪੀਓਕੇ ਤੇ ਅਮਿਤ ਸ਼ਾਹ ਦਾ ਵੱਡਾ ਬਿਆਨ, ਬੋਲੇ 370 ਹਟਾ ਕੇ ਕਸ਼ਮੀਰ ਨੂੰ ਭਾਰਤ ਦੇ ਨਾਲ ਜੋੜਿਆ, ਪੀਓਕੇ ਸਾਡਾ ਹੈ ਤੇ ਅਸੀਂ ਲੈ ਕੇ ਰਹਾਂਗੇ। ਯੂਪੀ ਦੇ ਰਾਏਬਰੇਲੀ ਦੇ ਵਿੱਚ ਪ੍ਰਿਯੰਕਾ ਗਾਂਧੀ ਨੇ ਕੀਤਾ ਪ੍ਰਚਾਰ, ਕਿਹਾ ਰਾਹੁਲ ਨੇ ਜਨਤਾ ਦੀ ਆਵਾਜ਼ ਚੁੱਕਣ ਦੇ ਲਈ 4000 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ, ਕਿਸਾਨ ਮਜ਼ਦੂਰਾਂ ਨੂੰ ਕਰਾਂਗੇ ਮਜ਼ਬੂਤ। ਕੱਲ੍ਹ ਪੰਜਾਬ ਦੇ ਵਿੱਚ ਹੁਣ ਪ੍ਰਚਾਰ ਦਾ ਆਗਾਜ਼ ਕਰਨਗੇ ਅਰਵਿੰਦ ਕੇਜਰੀਵਾਲ, ਅੰਮ੍ਰਿਤਸਰ ਦੇ ਵਸਨੀਕ ਮਾਨ ਕੱਢਣਗੇ ਰੋਡ ਸ਼ੋਅ, ਦਰਬਾਰ ਸਾਹਿਬ ਹੋਣਗੇ ਨਤਮਸਤਕ।
ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਇਲਜ਼ਾਮ, ਬੋਲੇ ਵਿਰੋਧੀਆਂ ਨੇ ਕਿਸਾਨਾਂ ਨੂੰ ਬਣਾਇਆ ਮੋਹਰਾ, ਕਿਸਾਨਾਂ ਦਾ ਸਿਆਸੀ ਇਸਤੇਮਾਲ ਕੀਤਾ ਗਿਆ। ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਸਵਾਲ, ਜਦੋਂ ਝੋਨਾ ਹੀ ਬੀਜਣਾ ਹੈ ਤਾਂ ਫਿਰ 23 ਫਸਲਾਂ 'ਤੇ MSP ਦਾ ਕਿਉਂ ਪਾਇਆ ਜਾ ਰਿਹਾ ਰੌਲਾ। ਨਾਲ ਹੀ ਬੋਲੇ ਪੰਜਾਬ ਸਰਕਾਰ MSP 'ਤੇ ਕਿਸਾਨਾਂ ਨੂੰ ਦੇਵੇ ਬੋਨਸ। ਮੋਗਾ ਦੇ ਪਿੰਡ ਮੋਠਾਂ ਵਾਲੀ ਅਤੇ ਲੰਡੇਕੇ ਦੇ ਵਿੱਚ ਕਿਸਾਨਾਂ ਨੇ ਹੰਸਰਾਜ ਦੇ ਬੇਟੇ ਨਵਰਾਜ ਹੰਸ ਦਾ ਕੀਤਾ ਵਿਰੋਧ, ਬੀਜੇਪੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਦਿਖਾਈਆਂ ਕਾਲੀਆਂ ਝੰਡੀਆਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੰਮ੍ਰਿਤਪਾਲ 'ਤੇ ਤਿੱਖਾ ਨਿਸ਼ਾਨਾ, ਬੋਲੇ ਬੰਦੀ ਸਿੰਘ ਨਹੀਂ ਆਪਣੀ ਰਿਹਾਈ ਵਾਸਤੇ ਚੋਣ ਲੜ ਰਹੇ ਨੇ ਅੰਮ੍ਰਿਤਪਾਲ, ਵੋਟਰ ਯਾਦ ਰੱਖਣ ਉਹਨਾਂ ਦਾ ਪਿਛੋਕੜ। ਅੰਮ੍ਰਿਤਪਾਲ ਸਿੰਘ ਦਾ ਨਾਮਜ਼ਦਗੀ ਪੱਤਰ ਪਾਇਆ ਗਿਆ ਸਹੀ, ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਅੰਮ੍ਰਿਤਪਾਲ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ ਵਾਪਸ ਲੈ ਸਕਦੇ ਨੇ ਨਾਮਜ਼ਦਗੀ। ਕੁਲਵੀਰ ਜ਼ੀਰਾ ਨੇ ਫਿਰ ਕੀਤੀ ਉਮੀਦਵਾਰਾਂ ਦੇ ਡੋਪ ਟੈਸਟ ਕਰਵਾਉਣ ਦੀ ਮੰਗ, ਬੋਲੇ ਜੇ ਨਾ ਹੋਇਆ ਡੋਪ ਟੈਸਟ ਤਾਂ ਕਰਾਂਗਾ ਸੁਪਰੀਮ ਕੋਰਟ ਦਾ ਰੁੱਖ, ਜੇ ਲੀਡਰ ਹੀ ਕਰਨਗੇ ਨਸ਼ਾ ਤਾਂ ਪੰਜਾਬ ਕਿਵੇਂ ਹੋਵੇਗਾ ਨਸ਼ਾ ਮੁਕਤ। ਲੋਕ ਸਭਾ ਚੋਣਾਂ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਚਾਵਲਾ ਬੀਜੇਪੀ ਦੇ ਵਿੱਚ ਹੋਏ ਸ਼ਾਮਿਲ, ਕੱਲ੍ਹ ਤੱਕ ਮਨੀਸ਼ ਤਿਵਾੜੀ ਦੇ ਨਾਲ ਕਰ ਰਹੇ ਸਨ ਚੋਣ ਪ੍ਰਚਾਰ। ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੁਭਾਸ਼ ਚਾਵਲਾ ਬੋਲੇ, ਪਿਛਲੇ 2 ਸਾਲਾਂ ਤੋਂ ਕਾਂਗਰਸ ਦੇ ਵਿੱਚ ਬਹੁਤ ਕੁਝ ਗਲਤ ਹੋ ਰਿਹਾ, ਆਪ ਦੇ ਨਾਲ ਗੱਠਜੋੜ ਕਰਕੇ ਕਾਂਗਰਸ ਨੇ ਕੀਤਾ ਗਲਤ। ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਪਹੁੰਚੇ ਹੰਸਰਾਜ ਹੰਸ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ, ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਨੇ ਹੰਸਰਾਜ ਹੰਸ। ਆਮ ਆਦਮੀ ਪਾਰਟੀ ਦਾ ਬੀਜੇਪੀ ਸਰਕਾਰ 'ਤੇ ਨਿਸ਼ਾਨਾ, ਕਿਹਾ ਬੀਜੇਪੀ ਦਾ ਮਹਿੰਗਾਈ ਵਾਲਾ ਨਾਰਾ ਹੋਇਆ ਅਲੋਪ, PM ਨੇ ਦੇਸ਼ ਵਾਸੀਆਂ ਨੂੰ ਦਿੱਤਾ ਮਹਿੰਗਾਈ ਦਾ ਤੋਹਫ਼ਾ। ਰਵਨੀਤ ਬਿੱਟੂ ਦੀ ਸਰਕਾਰੀ ਕੋਠੀ ਮਾਮਲੇ ਦੇ ਵਿੱਚ ਲੁਧਿਆਣਾ, ਨਗਰ ਨਿਗਮ ਦੇ ਕਮਿਸ਼ਨਰ ਦਾ ਵੱਡਾ ਬਿਆਨ, ਬੋਲੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਸੀ ਬਿੱਟੂ, ਕੋਠੀ ਅਲੋਟਮੈਂਟ ਦਾ ਨਹੀਂ ਮਿਲਿਆ ਕੋਈ ਵੀ ਰਿਕਾਰਡ। ਫੌਜ 'ਤੇ ਚਰਨਜੀਤ ਚੰਨੀ ਟਿੱਪਣੀ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਸਖ਼ਤ, ਚੋਣ ਕਮਿਸ਼ਨ ਨੂੰ ਭੇਜੀ ਗਈ ਜਲੰਧਰ ਦੇ DC ਦੀ ਰਿਪੋਰਟ, ਚੰਨੀ ਦੀ ਸਟੰਟਬਾਜ਼ੀ ਵਾਲੀ ਟਿੱਪਣੀ ਨੂੰ ਦੱਸਿਆ ਗਿਆ ਹੈ ਚੋਣ ਜ਼ਾਬਤੇ ਦੀ ਉਲੰਘਣਾ। ਚੋਣ ਕਮਿਸ਼ਨ ਨੇ ਚੰਡੀਗੜ੍ਹ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ HS ਲੱਕੀ ਨੂੰ ਭੇਜਿਆ ਨੋਟਿਸ, 24 ਘੰਟੇ ਦੇ ਅੰਦਰ ਮੰਗਿਆ ਜਵਾਬ, ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ 'ਤੇ ਜਵਾਬ ਤਲਬ। ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ 'ਤੇ ਕੱਸਿਆ ਤੰਜ, ਬੋਲੀ ਲੋਕਾਂ ਨੂੰ ਸੁਪਨੇ ਵੇਚ ਰਹੇ ਨੇ ਭਾਜਪਾ ਉਮੀਦਵਾਰ, ਕਿਹਾ ਤਰਨਜੀਤ ਸੰਧੂ ਨੂੰ 10 ਸਾਲ ਬਾਅਦ ਕਿਉਂ ਆਈ ਅੰਮ੍ਰਿਤਸਰ ਸਾਹਿਬ ਦੀ ਯਾਦ। ਅੰਮ੍ਰਿਤਸਰ ਤੋਂ BJP ਉਮੀਦਵਾਰ ਤਰਨਜੀਤ ਸੰਧੂ ਨੇ ਬਾਈਕ 'ਤੇ ਕੀਤਾ ਚੋਣ ਪ੍ਰਚਾਰ, ਖੁਦ ਮੋਟਰਸਾਈਕਲ ਚਲਾਉਂਦੇ ਨਜ਼ਰ ਆਏ ਸੰਧੂ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਫਿਰੋਜ਼ਪੁਰ ਤੋਂ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਕੀਤਾ ਚੋਣ ਪ੍ਰਚਾਰ, ਲੋੜ ਦੇ ਵਿੱਚ ਪ੍ਰਚਾਰ ਮੌਕੇ ਅੱਖਾਂ ਦੇ ਮਰੀਜ਼ਾਂ ਦਾ ਵੀ ਕੀਤਾ ਚੈੱਕਅਪ, ਬੋਲੇ ਪਾਰਟੀ ਨੂੰ ਮਿਲ ਰਿਹਾ ਵਧੀਆ ਹੁੰਗਾਰਾ। ਜਲੰਧਰ 'ਚ ਆਮ ਆਦਮੀ ਪਾਰਟੀ ਦੇ ਵੱਲੋਂ ਨਵੇਂ ਦਫ਼ਤਰ ਦਾ ਉਦਘਾਟਨ, ਆਪ ਉਮੀਦਵਾਰ ਪਵਨ ਟਿੰਨੂ, ਮੰਤਰੀ ਬਲਕਾਰ ਸਿੰਘ ਅਤੇ ਵਿਧਾਇਕ ਰਮਨ ਅਰੋੜਾ ਰਹੇ ਮੌਜੂਦ। ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਪੀ ਨੇ ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘਬਾਇਆ ਦੇ ਹੱਕ ਦੇ ਵਿੱਚ ਕੀਤਾ ਪ੍ਰਚਾਰ, ਬੋਲੇ ਇਸ ਵਾਰ ਕੇਂਦਰ ਦੇ ਵਿੱਚ ਬਣੇਗੀ ਕਾਂਗਰਸ ਦੀ ਸਰਕਾਰ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਹੀਂ ਖੁੱਲ੍ਹੇਗਾ ਖਾਤਾ। ਫਾਜ਼ਿਲਕਾ 'ਚ ਕਾਂਗਰਸ ਦੀ ਮੌਜੂਦਾ ਕੌਂਸਲਰ ਨੇ ਆਮ ਆਦਮੀ ਪਾਰਟੀ ਦਾ ਪੜਿਆ ਪੱਲਾ, ਆਪ ਵਿਧਾਇਕ ਨਰਿੰਦਰਪਾਲ ਸਵਨਾ ਦੀ ਪਤਨੀ ਨੇ ਪਾਰਟੀ ਦੇ ਵਿੱਚ ਕਰਵਾਇਆ ਸ਼ਾਮਿਲ। ਗੁਰਦਾਸਪੁਰ ਤੋਂ ਆਪ ਉਮੀਦਵਾਰ ਸ਼ੈਰੀ ਗਲਸੀ ਦੀ ਪਤਨੀ ਨੇ ਸਰਹੱਦੀ ਇਲਾਕੇ ਦੇ ਵਿੱਚ ਕੀਤਾ ਪ੍ਰਚਾਰ, ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਸਵਰਨ ਸਲਾਰੀਆ ਨਾਲ ਰਹੇ ਮੌਜੂਦ। ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਵਸ ਮੌਕੇ ਉਹਨਾਂ ਦੇ ਜੱਦੀ ਘਰ ਪਹੁੰਚੇ ਰਾਜਾ ਵੜਿੰਗ, ਸ਼ਹੀਦ ਨੂੰ ਦਿੱਤੀ ਸ਼ਰਧਾਂਜਲੀ, ਬੋਲੇ ਸ਼ਹੀਦਾਂ ਨੂੰ ਮਿਲਣਾ ਚਾਹੀਦਾ ਬਣਦਾ ਮਾਣ ਸਨਮਾਨ, ਜੇ ਲੋਕ ਸਭਾ ਪਹੁੰਚਿਆ ਤਾਂ ਚੁੱਕਾਂਗਾ ਸ਼ਹੀਦਾਂ ਦੇ ਮੁੱਦੇ। ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਹਾੜੇ ਮੌਕੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਵੀ ਸ਼ਹੀਦ ਨੂੰ ਭੇਂਟ ਕੀਤੀ ਸ਼ਰਧਾਂਜਲੀ, ਸੂਬਾ ਸਰਕਾਰ ਅਤੇ ਸ਼ਹੀਦਾਂ ਦੇ ਨਾਲ ਮਤਰਿਆ ਵਿਹਾਰ ਕਰਨ ਦੇ ਲਗਾਏ ਇਲਜ਼ਾਮ। BJP ਉਮੀਦਵਾਰ ਰਵਨੀਤ ਬਿੱਟੂ ਨੇ ਲੁਧਿਆਣਾ ਦੇ ਪ੍ਰਸਿੱਧ ਬਾਲਾ ਜੀ ਮੰਦਿਰ ਦੇ ਕੀਤੇ ਦਰਸ਼ਨ, ਸੀਸ ਨਵਾ ਕੇ ਲਿਆ ਆਸ਼ੀਰਵਾਦ।
ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 30 ਮਈ ਤੱਕ ਵਧੀ। ਦਿੱਲੀ ਸ਼ਰਾਬ ਨੀਤੀ ਕੇਸ ਦੇ ਵਿੱਚ ਰੋਜ਼ ਐਵੀਨਿਊ ਕੋਰਟ ਨੇ ਵਧਾਈ ਜੁਡੀਸ਼ੀਅਲ ਕਸਟਡੀ। ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ। ਕਿਹਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਸੁਰੱਖਿਆ ਦੇ ਪੁਖਤਾ ਬੰਦੋਬਸਤ। ਸੀਆਰਪੀਐਫ ਬੀਐਸਐਫ ਦੇ ਨਾਲ ਪੰਜਾਬ ਪੁਲਿਸ ਦੀਆਂ ਕਈ ਕੰਪਨੀਆਂ ਤੈਨਾਤ। ਮਹਾਰਾਸ਼ਟਰ ਦੇ ਨਾਂਦੇੜ ਦੇ ਵਿੱਚ ਇਨਕਮ ਟੈਕਸ ਨੂੰ ਰੇਡ ਦੇ ਦੌਰਾਨ ਮਿਲੀ 170 ਕਰੋੜ ਦੀ ਬੇਹਿਸਾਬ ਜਾਇਦਾਦ, 14 ਕਰੋੜ ਕੈਸ਼ ਅਤੇ 8 ਕਿਲੋ ਸੋਨਾ ਜ਼ਬਤ। ਨੋਟ ਗਿਣਨ ਦੇ ਵਿੱਚ ਅਧਿਕਾਰੀਆਂ ਨੂੰ ਲੱਗੇ 14 ਘੰਟੇ। ਪੰਚਕੁਲਾ ਦੀ ਰਾਮਗੜ੍ਹ ਚੌਂਕੀ ਦੇ ਨੇੜੇ ਚੈਕਿੰਗ ਦੇ ਦੌਰਾਨ ਕਾਰ ਤੋਂ 4 ਲੱਖ ਰੁਪਏ ਕੈਸ਼ ਬਰਾਮਦ। ਪੁਲਿਸ ਨੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰਕੇ ਗੱਡੀ ਨੂੰ ਕੀਤਾ ਜ਼ਬਤ। ਚੋਣ ਡਿਊਟੀ ਕਰਨ ਵਾਲੀ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਨੂੰ ਪ੍ਰਤੀ ਦਿਨ 200 ਰੁਪਏ ਮਿਲੇਗਾ ਮਾਣ ਭੱਤਾ। ਪੰਜਾਬ ਦੇ ਚੀਫ਼ ਇਲੈਕਟੋਰਲ ਆਫਿਸਰ ਨੇ ਦਿੱਤੀ ਜਾਣਕਾਰੀ। 1 ਜੂਨ ਵੋਟਾਂ ਵਾਲੇ ਦਿਨ ਗਰਮ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਸ਼ਾ ਵਰਕਰਾਂ ਨੂੰ ਵੀ ਪੋਲਿੰਗ ਸਟੇਸ਼ਨ 'ਤੇ ਕੀਤਾ ਜਾਵੇਗਾ ਤੈਨਾਤ। ਅਨੰਦਪੁਰ ਸਾਹਿਬ ਦੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਕੱਢਿਆ ਗਿਆ ਕੈਂਡਲ ਮਾਰਚ। ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋ ਕੇ SDM ਦਫ਼ਤਰ ਪਹੁੰਚ ਕੇ ਹੋਇਆ ਖਤਮ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੀ ਹੋਏ ਸ਼ਾਮਲ। ਵੋਟਰਾਂ ਨੂੰ 1 ਜੂਨ ਨੂੰ ਆਪਣੇ ਹੱਕ ਦਾ ਇਸਤੇਮਾਲ ਕਰਨ ਦੀ ਕੀਤੀ ਅਪੀਲ। ਫਾਜ਼ਿਲਕਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ BSF ਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੋਟ ਪਾਉਣ ਦੇ ਲਈ ਕੀਤਾ ਗਿਆ ਜਾਗਰੂਕ। ਸਵੀਪ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ। ਦੇਸ਼ ਭਗਤੀ ਦੇ ਗੀਤਾਂ ਦੇ ਰਾਹੀਂ ਵੋਟ ਪਾਉਣ ਦੀ ਕੀਤੀ ਗਈ ਅਪੀਲ।